ਕਾਲਾ ਜੀ। ਕਿੱਥੋਂ ਦੇ ਰਹਿਣ ਵਾਲੇ? ਮੋਗੇ ਜੀ। ਅੱਛਾ, ਕੀ ਇੱਥੇ ਜਿਹੜਾ ਕੀ ਵਾਰਦਾਤ ਕੀ ਹੋਈ ਆ ਘਟਨਾ? ਪਿੱਛੇ ਕਰਕੇ ਲਾਈਆਂ ਜੀ, ਕੱਲ੍ਹ 2000 ਰੁਪਇਆ ਲੈ ਕੇ ਜੁਰਮਾਨਾ, ਅਤੇ ਪਿੱਛੇ ਕਰਕੇ ਲਾਈਆਂ, ਸੁਬਹ ਸੁਬਹ ਆ ਗਏ, ਉਹਨਾਂ ਨੇ ਮੇਰੇ ਆਉਂਦੇ ਪਹਿਲਾਂ ਲੱਫੜ ਮਾਰਿਆ ਜੀ, ਨਾਲ ਹੀ ਸੇਵ ਪਲਟਦੇ ਉਹਨਾਂ ਨੇ ਆ ਕੇ ਜਿਹੜੀ ਮੁੱਦੀ ਮਾਰਦੀ। ਕੌਣ ਹੈ, ਕੌਣ ਸੀ ਅਧਿਕਾਰੀ? ਵਾਲੇ ਅਧਿਕਾਰੀ, 5-6 ਬੰਦੇ ਦੀ। ਅੱਛਾ, ਕੀ ਕਹਿੰਦੇ ਕੀ ਨੇ ਤੁਹਾਨੂੰ? ਹਾਂਜੀ, ਕੀ ਕਹਿੰਦੇ ਕੀ ਸੀ? ਉਹਨਾਂ ਨੇ ਕੁਛ ਨਹੀਂ ਕੀਤਾ, ਉਹਨਾਂ ਨੇ ਆਉਂਦੇ ਜਿਹੜੀ ਮੁੱਦੀ ਮਾਰਤੀ ਅਤੇ ਮੇਰੇ ਲੱਫੜ ਮਾਰੇ ਜੀ ਉਹਨਾਂ ਨੇ, ਨਾਲ ਦਾ ਮੁੰਡਾ ਸੀਗਾ ਬਾਬੂ, ਉਹਦਾ ਸਿਰ ਪਰ ਇੱਟਾਂ ਮਾਰੀਆਂ ਨੇ ਉਹਦੇ। ਕੀ ਦੋਸ਼ ਕੀ ਲਾਏ ਤੁਹਾਡੇ ਤੇ ਉਹਨਾਂ ਨੇ? ਹਾਂਜੀ, ਕੀ ਦੋਸ਼ ਕੀ ਲਾਏ ਤੁਹਾਡੇ ਤੇ? ਦੋਸ਼ ਕੋਈ ਇਲਾਜ ਬੋਲੀ ਕੁਛ ਨਹੀਂ, ਆ ਕੇ ਉਹਨਾਂ ਰੇੜੀਆਂ ਪਲਟ ਦੀਆਂ ਅਤੇ ਮਾਰ ਕੁੱਟਣ ਲੱਗ ਗਏ। ਅੱਛਾ, ਕਮੇਟੀ ਵਾਲੇ ਅਧਿਕਾਰੀ ਸੀ? ਅਧਿਕਾਰੀ। ਪਰਚੀ ਵੀ ਕੱਟ ਕੇ ਜਾਂਦੇ ਨੇ ਤੁਹਾਡੀ? ਹਾਂਜੀ, ਕੱਟ ਕੇ ਮਹੀਨਾ ਪਹਿਲਾਂ। ਕਿੰਨੇ ਕੁ ਬੰਦੇ ਸੀ ਜਿਨ੍ਹਾਂ ਤੇਰੀ ਕੁੱਟ ਮਾਰ ਕੇ? 2-3 ਬੰਦੇ ਸੀਗੇ। ਅੱਛਾ, ਕੀ ਕਹਿੰਦੇ ਕੀ ਸੀ? ਕਹਿੰਦੇ ਸੀਗੇ ਮੇਰੇ ਮੈਂ ਸੇ ਰੇੜੀ, ਕਹਿੰਦੇ ਪਾਸੇ ਕਰ, ਮੈਂ ਰੇੜੀ ਪਾਸੇ ਕਰਦਾ ਸੀਗਾ ਉੱਥੇ। ਰੇੜੀ ਕਿਸ ਚੀਜ਼ ਕੀ ਸੀ? ਕਾਹਦੀ ਰੇੜੀ ਸੀ? ਸੇ ਫਰੂਟ ਦੀ ਰੇੜੀ ਸੀ। ਕਿੱਥੇ ਲਾਉਣੇ ਹੋ ਰੇੜੀ? ਸਾਰੇ ਪੁੱਠਾ ਕਰਕੇ ਲਾ ਦੇ, ਸਾਰੇ ਉੱਥੇ ਮੁੰਦਾ ਮੁੰਦਾ ਕਰਕੇ ਮਾਰਨ ਲੱਗੇ ਮੈਨੂੰ। ਰੇੜੀ ਲਾਉਣੇ ਕਿੱਥੇ ਹੋ ਤੁਸੀਂ? ਰੇੜੀ ਸਾਈਡ ਚੌਕ ਤੇ ਲਾਉਂਦੇ ਆ। ਅੱਛਾ, ਕਿੰਨੇ ਕੁ ਮੁਲਾਜ਼ਮ ਸੀ ਜਿਹਨਾਂ ਕੁੱਟ ਮਾਰ ਕੀਤੀ? 2-3 ਮੁਲਾਜ਼ਮ। ਰਸੀਦ ਕੱਟਦੇ ਨੇ ਚੌਂਕ ਦੇ ਵਿੱਚ? ਤੁਹਾਡੀ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਨਗਰ ਨਿਗਮ ਵੱਲੋਂ ਜੀ, ਕੀ ਕਾਰਵਾਈ ਔਰ ਕਿਉਂ ਕੀਤੀ ਜਾ ਰਹੀ ਸੀ? ਸ਼ਹਿਰ ਦੇ ਵਿੱਚ ਜਿਵੇਂ ਅਲੱਗ ਅਲੱਗ ਜਗ੍ਹਾ ਦੇ ਉੱਤੇ ਪ੍ਰਤਾਪ ਚੌਂਕ 'ਚ ਲਾ ਲਓ, ਮੇਨ ਹਾਈਵੇ 'ਤੇ, GT ਰੋਡ 'ਤੇ ਲਾ ਲਓ, ਇਨਕਰੋਚਮੈਂਟ ਕੀਤੀ ਹੋਈ ਹੈ ਪਬਲਿਕ ਵੱਲੋਂ, ਮਤਲਬ ਸਬਜ਼ੀਆਂ ਫਰੂਟਾਂ ਜਿਹੜੀਆਂ ਲਗਾਈਆਂ ਗਈਆਂ ਨੇ ਜਾਂ ਹੋਰ ਕਿਸੇ ਤਰ੍ਹਾਂ ਦੀ ਇਨਕਰੋਚਮੈਂਟ ਕੀਤੀ ਗਈ ਜਿਹਦੇ ਨਾਲ ਟ੍ਰੈਫਿਕ ਦੇ ਵਿੱਚ ਦਿੱਕਤ ਆ ਰਹੀ ਹੈ, ਉਸ ਨੂੰ ਦੂਰ ਕਰਨ ਵਾਸਤੇ ਅੱਜ ਕਾਰਪੋਰੇਸ਼ਨ ਵੱਲੋਂ ਕਾਰਵਾਈ ਕੀਤੀ ਗਈ। ਕਹਿੰਦੇ ਹੱਥਾਪਾਈ ਵੀ ਹੋਈ ਹੈ ਜੀ ਉੱਥੇ ਕੁਛ ਦੁਕਾਨਦਾਰਾਂ ਨਾਲ ਜੀ? ਜਦੋਂ ਸਾਡੇ ਮੁਲਾਜ਼ਮ ਵੱਲੋਂ ਜੀ ਮਤਲਬ ਉਹਨਾਂ ਨੂੰ ਪਰੇ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਆਪਣਾ ਰੇੜੀਆਂ ਇੱਧਰ ਉੱਧਰ ਸ਼ਿਫਟ ਕਰ ਲਓ, ਕਿਤੇ ਹੋਰ ਤਰ੍ਹਾਂ ਦੇ ਲੈ ਜਾਓ, ਤਾਂ ਉਹਨਾਂ ਵੱਲੋਂ ਸਾਡੇ ਮੁਲਾਜ਼ਮ ਦੇ ਉੱਤੇ ਪਤਾ ਨਹੀਂ ਕਿਸ ਚੀਜ਼ ਦਾ ਵਾਰ ਕੀਤਾ ਗਿਆ ਅਤੇ ਮੁਲਾਜ਼ਮ ਨੂੰ ਜ਼ਖਮੀ ਕੀਤਾ ਗਿਆ। ਹੁਣ ਤੁਸੀਂ ਕੀ ਕਾਰਵਾਈ ਕਰ ਰਹੇ ਹੋ? ਜੋ ਕਾਨੂੰਨ ਕਾਰਵਾਈ ਬਣਦੀ ਹੈ ਜੀ ਅਸੀਂ ਉਹ ਕਰਾਂਗੇ ਜੀ।